नमस्कार जी। तो आज हम पहुंच चुके जी कारड़ा घर में, पहुंच चुके हैं कारड़ा घर में। सबसे बढ़िया क्वालिटी और बढ़िया बहुत कम दामों पर मिलेंगी आज की कलेक्शन जो चलते हैं अंदर। तो आज देखते हैं, ये सबसे बड़ी बात है जी। कारड़ा साहब, क्या हाल चाल है कारड़ा साहब आपका? सत श्रीकाल जी, सारियां नूं बहुत वधिया हाल चाल। वधिया सारियां दा भी हाल चाल असीं वधिया मंगदे आ। रेट घट देना अज हर चीज़ दा, आपां क्वालिटी देनी है, चीज़ दा रेट घट देना है। मिडियां, पजामे, लल्ले पब्बे, टी शर्टा हर चीज़ देवांगे। तो शुरू किसे कर रहे भाजी फिर? ओ 45 रुपए का पजामा जी, बस 45 रुपए का पजामा जी। लाइनिंग सिलाई का रेट नहीं है 45 रुपए से? अरे ये नहीं है कि 45 रुपए कहता कि कपड़ा घटिया होगा ना, कपड़ा भी बढ़िया, रेट भी 45। आलो जी आलो, 45 रुपए का पजामा। साइज कितना आएगा भाजी? साइज XL, डबल XL, ट्रिपल XL, 45, 55, 65। मतलब क्वालिटी तुझे देखो मुंह बोल दी है। वाह जी वाह, 45, 55, 65। अरे ओके, रिपोर्ट आइटम है जी। तुम कौन करवाने हैं कदा भी सब? पहले स्टार्टिंग करिए खोलन दे। चलो जी, बढ़िया कलेक्शन है जी कारड़ा गारमेंट का। देखो पजामे की लेंथ, लंबाई चौड़ाई देखिए। पहले सबसे बड़ी बात है लंबाई चौड़ाई की। म्यानी वाला पजामा होगा, म्यानी वाला जी, तो 45 रुपए में मिलेगा जी आपको पजामा। 55 वाले का साइज देखो, 55 वाले का साइज देखिएगा। छोटी जनानी होवे जी उन्होंने भी आ जाऊगा। ये आएगा जी 55 में पजामा मिलेगा जी आपको। डबल एक्सल है जी, पूरा डबल एक्सल। आलू जी आता है, डबल एक्सल जिडी मर्जी लेडी हो, आलू जी पैंट वाला तो जिडा मर्जी जिडी मर्जी जनानी ओनू भी आ जाऊगा। वाह जी, मतलब और साइज इतना तकड़ा। दिखा दो पैंट वाला भी, दिखा दो भाई जी साइज कितना बड़ा। चलो वो भी दिखाना तनु, एक नई चीज जेडी आजकल असि जिदे च बहुत बढ़िया सेलिंग खिच रहे हैं। आ क्वालिटी रिंकल वाला कॉटन रिंकल, मतलब ये चीज है 65 रुपए की जेडी असि देनी है। देखो साइज 65 रुपए पजामा, सिर्फ 65 रुपए ਦੇ ਵਿੱਚ ਮਿਆਨੀ ਵਾਲਾ ਨਾਲੇ ਪਲਾਜੋ ਹੈ, ਡੋਰੀ ਵੀ ਹੈ ਨਾਲ, ਨਾਲ ਡੋਰੀ ਹਰ ਚੀਜ਼ ਵਧੀਆ। ਸਾਈਜ਼ ਦੇਖੋ ਪਹਿਲਾਂ। ਆ ਲੋ ਜੀ ਆ ਤੋ ਖੁਸ਼ੀ, ਪ੍ਰਿੰਟ ਦੇਖੋ ਪਹਿਲਾਂ, ਪ੍ਰਿੰਟ ਕਿੰਨਾ ਸੋਹਣਾ ਸੋਹਣਾ ਮਿਲਣਗੇ। ਆ ਲੋ ਜੀ ਆ, ਮਨ ਖੁਸ਼ ਹੋ ਜਾਏਗਾ ਜੀ ਦੇਖ ਕੇ। ਮਨ ਖੁਸ਼ ਹੁੰਦਾ ਪ੍ਰਿੰਟ ਦੇਖ ਕੇ। ਕੁਆਲਿਟੀ ਦੇਖੋ ਕਿੰਨੇ ਵਧੀਆ ਵਧੀਆ ਕਲਰ ਦੀ ਕੁਆਲਿਟੀ ਆ ਰਹੀ ਜੀ। ਮਤਲਬ ਪਜਾਮੇ ਤੁਹਾਨੂੰ ਦੇਵਾਂਗੇ ਅਸੀਂ ਵਧੀਆ ਕੁਆਲਿਟੀ ਦੇ ਵਿੱਚ, ਸਿਰਫ 65 ਰੁਪਏ ਦਾ। ਇਹਦੇ ਵਿੱਚ ਤੁਹਾਨੂੰ ਹੋਰ ਵੀ ਵੈਰਾਈਟੀ ਦਿਖਾਉਂਦੇ ਆ। ਕ੍ਰਸ਼ ਆ ਗਿਆ ਜੀ, ਕ੍ਰਸ਼ ਕ੍ਰਸ਼ ਸੁਪਰ ਮਾਲ ਹੈ ਜੀ ਇਹ, ਸੁਪਰ ਮਾਲ। ਕ੍ਰਸ਼ ਦੇ ਵਿੱਚ ਆ ਗਿਆ ਜੀ ਪਜਾਮਾ, ਕ੍ਰਸ਼ ਦੇ ਵਿੱਚ ਆ ਗਿਆ ਸੁਪਰ ਪਜਾਮਾ। ਜੇ ਥੋੜ੍ਹਾ ਵਧੀਆ ਰੇਂਜ 'ਚ ਜਾਣਾ ਕਿਸੇ ਨੇ, ਉਦੋਂ ਫੈਂਸੀ ਆਈਟਮਾਂ ਵੱਲ ਜਾਣਾ। ਆਹ ਦੇਖੋ ਪਜਾਮਾ 125 ਰੁਪਏ 'ਚ ਕਿੰਨਾ ਸੋਹਣਾ ਹੈਗਾ। ਅੱਛਾ 125 ਰੁਪਏ ਭਾਅ ਜੀ? ਉਹ ਮੈਂ ਕਹਿੰਦਾ ਜੀ ਨੀਰੀ ਚਾਂਦੀ ਲੱਗੀ ਹੋਈ ਆ ਉੱਪਰ। ਵਾਹ ਜੀ, ਇੰਨੀ ਕਿਆ ਸੋਹਣਾ ਲੱਗਾ ਭਾਈ, ਸੋਹਣਾ ਲੱਗਿਆ, ਸੋਹਣਾ ਲੱਗਿਆ। ਚਾਂਦੀ ਲੱਗੀ, ਚਾਂਦੀ ਚਿੱਟੀ ਹੁੰਦੀ ਪਰ ਗੋਲਡਨ ਸੋਹਣਾ ਹੁੰਦਾ। ਆਹ ਦੇਖੋ ਬਹੁਤ ਸੋਹਣੀ ਚੀਜ਼ ਹੈ ਜੀ, ਬਹੁਤ ਕੁਆਲਿਟੀ ਵਧੀਆ, ਸਾਈਜ਼ ਖੁੱਲੇ ਡੁੱਲੇ ਵਧੀਆ। 125 ਰੁਪਏ ਦਾ ਪਜਾਮਾ ਜੀ, ਜਿਹੜਾ ਫੈਂਸੀ ਆਈਟਮ ਲੈਣ ਦਾ ਹੈਗਾ ਜੀ ਸ਼ੌਕੀਨ, ਅਤੇ ਉਹਨਾਂ ਵਾਸਤੇ ਵਧੀਆ ਵਧੀਆ। ਦੇਖੋ ਜੀ ਹੋਰ ਪਜਾਮੇ, ਜੈਪੁਰੀ ਪਲਾਜ਼ੋ ਵੀ ਆ ਗਏ ਨੇ। ਰੇਟ ਵੀ ਦੱਸਦਾ ਨਾਲ ਹੀ, ਖੁਸ਼ ਹੋ ਗਏ ਫਿਰ। ਮੈਂ ਕਹਿੰਦਾ ਜੀ ਸਿਰਫ 150 ਰੁਪਏ ਦਾ, 150 ਰੁਪਏ ਦਾ, ਸਿਰਫ 150 ਰੁਪਏ, 150 ਰੁਪਏ ਦਾ ਆ ਗਿਆ ਜੀ ਪਜਾਮਾ। ਆਲੋ ਜੀ ਆਲੋ, 150 ਰੁਪਏ ਦਾ ਪਜਾਮਾ, ਜੈਪੁਰੀ ਪਜਾਮਾ, 150 ਰੁਪਏ। ਦੇਖੋ ਪਹਿਲਾਂ ਜੰਬੋ, ਆ ਦੇਖੋ ਜੀ ਜੰਬੋ ਸਾਈਜ਼ ਆ ਗਿਆ, ਜੰਬੋ ਸਾਈਜ਼ ਆ ਗਿਆ ਜੰਬੋ। ਇੱਕ ਇਹਦੇ 'ਚ ਛੋਟਾ ਸਾਈਜ਼ ਹੁੰਦਾ 130 ਰੁਪਈਏ, ਉਹ ਵੀ ਮਿਲ ਜੂਗਾ। 130 ਰੁਪਏ ਛੋਟਾ ਸਾਈਜ਼ ਹੁੰਦਾ, ਛੋਟਾ ਵੀ ਮਿਲ ਜੂਗਾ। ਚਲੋ ਜੀ, ਵੱਡਾ 150 ਰੁਪਏ। ਕਲਰ ਕਿੰਨੇ ਕਿੰਨੇ ਆਣਗੇ ਭਾਅ ਜੀ ਇਹਨਾਂ 'ਚ? 6-6 ਕਲਰ ਹੁੰਦੇ ਇਹਨਾਂ 'ਚ, 6-6 ਕਲਰ ਮਿਲਣਗੇ ਜੀ ਤੁਹਾਨੂੰ ਇਹਨਾਂ 'ਚ। ਬਾਕੀ ਸਾਡੇ ਕੋਲ ਨੈਰਾ ਸੂਟ ਦੀਆਂ ਵਰਾਇਟੀਆਂ, ਆਹ ਦੇਖੋ 380 ਰੁਪਏ 'ਚ ਪੂਰਾ ਸੂਟ ਦੇ ਸਕਦੇ ਹਾਂ। 380 ਰੁਪਏ ਦਾ ਆਏਗਾ ਜੀ। ਇਹਦੇ ਵਿੱਚ 8-10 ਡਿਜ਼ਾਈਨ ਆਪਾਂ ਦੇ ਰਹੇ ਹਾਂ ਤੁਹਾਨੂੰ, 8-10 ਡਿਜ਼ਾਈਨ ਜੀ। ਵਾਹ ਜੀ, 2 ਡਿਸਪਲੇ ਕਿਤੇ ਹੋਏ ਆ ਤੁਹਾਨੂੰ? ਆਹ ਦੇਖੋ ਜੀ, ਇਹ ਮਾਲ ਦੀ ਸਟਾਰਟਿੰਗ ਹੈ ਜੀ, ਗਰਮੀਆਂ ਦੀ ਸਟਾਰਟਿੰਗ ਹੋ ਚੁੱਕੀ ਹੈ ਜੀ। 380 ਰੁਪਏ ਦੇ ਵਿੱਚ, ਸਿਰਫ 380 ਰੁਪਏ ਦਾ ਸੂਟ ਹੈ ਜੀ, 380 ਰੁਪਏ ਦਾ ਸੂਟ ਹੈ ਜੀ। ਵਾਹ ਜੀ ਵਾਹ, छोटा सा गया, 190 ਰੁਪਏ ਸਿਰਫ, ਰੱਬ ਦਾ ਸ਼ੁਕਰ ਹੈ ਮੈਂ ਮਾਨ ਨਹੀਂ ਕਰਦੇ ਹਾਂ, ਸਿਰਫ ਆਪਣੇ ਕੋਲੋਂ ਮਿਲੇਗਾ ਮਾਰਕੀਟ ਦੇ ਵਿੱਚ ਹੀ ਤੁਹਾਨੂੰ ਮਿੱਟੀ 210-220 ਤੋਂ ਘੱਟ ਨਹੀਂ ਮਿਲੂਗੀ। ਵਾਹ ਜੀ ਵਾਹ, ਇੰਨਾ ਸਸਤਾ ਕਿਵੇਂ ਦੇ ਰਹੇ ਭਾਅ ਜੀ ਫਿਰ ਤੁਸੀਂ? ਤੁਹਾਨੂੰ ਇੱਕ ਆਈਟਮ ਹੋਰ ਦਿਖਾਉਂਦੇ ਹਾਂ ਅਸੀਂ, ਆਹ ਦੇਖੋ ਆਈਟਮ। ਇਹ ਕੀ ਚੀਜ਼ ਹੈ ਭਾਅ ਜੀ? ਇਹ ਵੀ ਮਿੱਟੀ ਹੈ ਜੀ। ਅੱਛਾ, ਵੀ ਮਿੱਟੀ ਹੈ,
ਇਹਦਾ ਕੋਈ ਖੁੱਲਾ ਵੀ ਹੈਗਾ ਰੇਟ ਸੁਣ ਕੇ ਗ੍ਰਾਹਕ ਹੈਰਾਨ ਰਹਿ ਜਾਣਗੇ ਦੱਸ ਦੋ ਆਪਾਂ ਸਿਰਫ ਦੇ ਦੇਣੇ 160 ਰੁਪਏ ਦੀ 160 ਦੀ ਮਿੱਟੀ ਹਾਂਜੀ ਹਾਂਜੀ ਵਾਹ ਜੀ ਵਾਹ ਮਤਲਬ ਪੀਸ ਤੁਹਾਨੂੰ ਖੋਲ ਕੇ ਦਿਖਾਣਾ ਇੱਕ ਵਾਰ ਪਹਿਲਾਂ ਤਾਂ ਦੇਖੋ ਫੋਟੋ ਦੇਖੋ ਆ ਲਓ ਫੋਟੋ ਦੇਖੋ ਕਿੰਨਾ ਵੇਅਰਿੰਗ ਕਿੰਨੀ ਸਮਾਰਟ ਲੱਗ ਰਹੀ ਹੈ ਜੀ ਵੇਅਰਿੰਗ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਆਪਾਂ ਚੀਜ਼ ਦਿਖਾਉਂਦੇ ਹਾਂ ਆ ਲਓ ਜੀ ਆ ਲਓ ਵੇਅਰਿੰਗ ਦੇਖੋ ਕਿੰਨੀ ਸਮਾਰਟ ਵੇਅਰਿੰਗ ਹੈ ਜੀ ਦੇਖੋ ਆਈ ਤਾਂ ਆ ਲਓ ਜੀ ਖੁੱਲ ਚੁੱਕਾ ਜੀ ਪਟਾਰੀ ਖੁੱਲ ਚੁੱਕੀ ਪ੍ਰਿੰਟ ਦੀ ਪਟਾਰੀ ਡਬਲ ਲੇਅਰ ਦੇ ਵਿੱਚ ਡਬਲ ਲੇਅਰ ਵੀ ਨੀਚੇ ਡਬਲ ਲੇਅਰ ਆ ਰਹੀ ਹੈ ਰੇਟ 160 ਰੁਪਏ ਚ ਕਿਸੇ ਨੇ ਮਾਰਕੀ ਤੁਹਾਨੂੰ 160 ਰੁਪਏ ਮਿੱਟੀ ਨਹੀਂ ਦੇਣੀ ਤੁਹਾਨੂੰ 160 ਰੁਪਏ ਦੇ ਵਿੱਚ ਮਿੱਟੀ ਦਊਂਗਾ ਵਧੀਆ ਕੁਆਲਿਟੀ ਵਾਲੀ ਵਾਹ ਜੀ ਵਾਹ ਇਹ ਦੇਖੋ ਜੀ ਉਹ ਬੈਲਟ ਨਾਲ ਆ ਦੇਖੋ ਜੀ ਬੈਲਟ ਨਾਲ ਇਹ ਬੈਲਟ ਦੇ ਨਾਲ ਜਦੋਂ ਚੀਜ਼ ਦੇ ਡੰਮ ਆਲੋ ਜੀ ਆ ਦੇਖੋ ਜੀ ਪ੍ਰਿੰਟ ਦੇਖੋ ਕਿੰਨੇ ਵਧੀਆ ਵਧੀਆ ਪ੍ਰਿੰਟ ਹੈ ਜੀ ਆ ਦੇਖੋ ਜੀ ਪ੍ਰਿੰਟ ਤੁਹਾਨੂੰ ਦੇਣੇ ਨਜ਼ਾਰੇਦਾਰ ਵਧੀਆ ਚੀਜ਼ਾਂ ਜਿੰਨੇ ਪੀਸ ਦੇਖੋਗੇ ਉਨੇ ਕਲਰ ਉਨੇ ਡਿਜ਼ਾਈਨ ਮਿਲਣਗੇ ਤੁਹਾਨੂੰ ਪ੍ਰਿੰਟ ਦੇ ਦੇਖੋ ਕਿੰਨੇ ਸੋਹਣੇ ਸਾਰੇ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆ ਗਏ ਜੀ ਹਨ ਵਧੀਆ ਵਧੀਆ ਆ ਲੋ ਜੀ ਆ ਲੋ ਦੇਖੋ ਪ੍ਰਿੰਟ ਪ੍ਰਿੰਟਾਂ ਦੀ ਪਛਾਣ ਹੋ ਗਈ ਜੀ ਆ ਲੋ ਜੀ ਪ੍ਰਿੰਟ ਸਾਰੇ ਵਧੀਆ ਵਧੀਆ ਆ ਦੇਖੋ ਜੀ ਕਾਲਾ ਗਾਰਮੈਂਟ ਜੀ ਫੀਲਡ ਵਨ ਕੁਝਾ ਨੰਬਰ ਲੋ ਜਾਂਦਾ ਆ ਦੇਖੋ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਵਧੀਆ ਦੇਖੋ ਇੱਕ ਚੀਜ਼ ਆਈਟਮ ਆ ਵਾਲੀ ਮਤਲਬ ਮੂੰਹੋਂ ਬੋਲਦੀ ਹੈ ਜੀ ਇਹ ਮਿੱਡੀਆਂ ਵੱਡਾ ਸਾਈਜ਼ ਲੌਂਗ ਫੁੱਲ 250 ਰੁਪਏ ਦੇ ਵਿੱਚ ਦੇਣੇ ਆ ਇਹਦੇ ਵਿੱਚ 8 ਤੋਂ 10 ਡਿਜ਼ਾਈਨ ਲਊਂਗਾ ਮੈਂ ਮਤਲਬ ਮੂੰਹੋਂ ਬੋਲਦੀ ਹੈ ਜੀ ਪੀਸ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਗਏ ਜੀ ਪਿਆਰੇ ਪਿਆਰੇ ਕਲਰ ਜੀ ਬਹੁਤ ਬਹੁਤ ਸੋਹਣੇ ਸੋਹਣੇ ਕਲਰ ਨਵੇਂ ਨਵੇਂ ਡਿਜ਼ਾਈਨ ਆ ਦੇਖੋ ਜੀ ਭਰਮਾਰ ਹੈ ਜੀ ਦੇਵਾ ਡਿਜ਼ਾਈਨ ਆ ਦੇਖੋ ਤੁਹਾਨੂੰ ਦਿਖਾਉਂਦਾ ਆ ਦੇਖੋ ਜੀ ਡਿਜ਼ਾਈਨਰ ਹੀ ਡਿਜ਼ਾਈਨਾਂ ਮਿਲਣਗੀਆਂ ਜੀ ਡਿਜ਼ਾਈਨ ਡਿਜ਼ਾਈਨਰ ਹੀ ਭਰਮਾਰ ਹੈ ਜੀ ਕਲਰ ਵਾਲਾ ਲੈ ਲਓ ਗੋਲ ਗਲਾ ਲੈ ਲਓ ਪੈਚ ਵਾਲਾ ਲੈ ਲਓ ਹਰ ਚੀਜ਼ ਕਿਹ ਕੀ ਭਾਈ ਭਾਜੀ ਖੁੱਲਾ ਪੀਸ ਮਹਿਰੂਨ ਸੂਟ ਹੈ ਕੀ ਹੈਗਾ ਸੂਟ ਹੈ ਜੀ ਸੂਟ ਹੈ ਦਿਖਾਓਗੇ ਖੋਲ ਕੇ 380 ਰੁਪਏ ਦਾ ਆ ਲਓ ਜੀ 300 380 ਰੁਪਏ ਦਾ ਨਾਇਰਾ ਕੱਟ ਹੈ ਜੀ ਪ੍ਰਿੰਟ ਦੇਖੋ ਕਿੰਨੇ ਵੱਡੇ ਵੱਡੇ ਪ੍ਰਿੰਟ ਆ ਗਏ ਜੀ ਸੋਹਣੇ ਸੋਹਣੇ ਪ੍ਰਿੰਟ ਹੈ ਪੰਜਾਬੀ ਪ੍ਰਿੰਟ ਆ ਗਏ ਜੀ ਪੰਜਾਬੀ ਤੜਕਾ ਬਾਕੀ ਤੁਹਾਨੂੰ ਇੱਕ ਸਸਤੀ ਆਈਟਮ ਦੇਖੋ ਜੀ 180 ਰੁਪਏ ਦਾ ਸੂਟ ਲੈਣਾ ਸੀ ਦੇਖੋ ਨਾਇਰਾ ਕੱਟ 180 ਰੁਪਏ ਦਾ ਨਾਇਰਾ ਕੱਟ ਆ ਚੁੱਕਾ ਜੀ ਅੱਜ ਕੋਈ ਨਾਇਰਾ ਕੱਟ 180 ਰੁਪਏ ਦਾ 180 ਰੁਪਏ ਦਾ ਸੂਟ ਹੈ ਜੀ ਇਹ 180 ਰੁਪਏ ਦਾ ਨਾਇਰਾ ਕੱਟ ਹੈ ਜੀ ਨਾਇਰਾ ਕੱਟ 180 ਰੁਪਏ ਦਾ ਆ ਗਿਆ ਜੀ ਮਤਲਬ ਮਾਰਕੀਟ ਦੇ ਵਿੱਚ 200 ਤੋਂ ਘੱਟ ਤੁਹਾਨੂੰ ਕੋਈ ਨਹੀਂ ਦਊਗਾ ਆਪਾਂ ਤੁਹਾਨੂੰ ਦੇਵਾਂਗੇ 180 ਰੁਪਏ ਦਾ 180 ਰੁਪਏ ਦਾ ਨਾਇਰਾ ਕੱਟ ਹੈ ਜੀ ਬਾਕੀ ਤੁਹਾਨੂੰ ਮੀਡੀਆ ਦੇ ਡਿਜ਼ਾਈਨ ਦਿਖਾਉਂਦੇ ਆ ਹੋਰ ਆ ਦੇਖੋ ਆ ਦੇਖੋ ਜੀ ਮੀਡੀਆ ਤੁਹਾਨੂੰ ਦਿਖਾਉਂਦੇ ਜੀ ਅੱਜ ਫਿਰ ਆ ਦੇਖੋ ਜੀ ਮਿੱਡੀ ਦੇਖੋ ਮੀਡੀਆ ਦੇ ਡਿਜ਼ਾਈਨ ਆ ਦੇਖੋ ਜੀ ਮੀਡੀਆ ਜੀ ਬਹੁਤ ਪਿਆਰੀਆਂ ਪਿਆਰੀਆਂ ਮੀਡੀਆ ਆ ਗਈਆਂ ਜੀ ਕਾਲੜਾ ਗਾਰਮੈਂਟ ਫੀਲਡਾਂ ਜੀ ਕੁਚਾ ਨੰਬਰ 9 ਚਾ ਜੀ ਦੇਖੋ ਜੀ ਅੱਜ ਦੀ ਵੀਡੀਓ ਬੜੀ ਖਾਸਮ ਖਾਸ ਹੈ ਜੀ ਆ ਦੇਖੋ ਵੈਰਾਈਟੀ ਬਹੁਤ ਹੀ ਵਧੀਆ ਕਲੈਕਸ਼ਨ ਹੈ ਜੀ ਬਹੁਤ ਹੀ ਵਧੀਆ ਕਲੈਕਸ਼ਨ ਆ ਚੁੱਕਾ ਜੀ ਆ ਲਓ ਜੀ ਆ ਲਓ ਬਹੁਤ ਤੁਸੀਂ ਥੱਕ ਜਾਓਗੇ ਬਸ ਵਰਾਇਟੀ ਨਹੀਂ ਮੁਕੇਗੀ ਵਰਾਇਟੀ ਇੰਨੀ ਹੈ ਜੀ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਕਿੱਦਾਂ ਦੀ ਲੱਗੀ ਵੀਡੀਓ ਆਹ ਦੇਖੋ ਜੀ ਕੱਲਾ ਦੇਖੋ ਕਿੰਨਾ ਪਿਆਰਾ ਬਣਿਆ ਬਹੁਤ ਹੀ ਵਧੀਆ ਵਧੀਆ ਆਰਟੀਕਲ ਹੈ ਜੀ ਮਨ ਖੁਸ਼ ਹੋ ਜਾਏਗਾ ਜੀ ਆਹ ਦੇਖੋ ਆਹ ਦੇਖੋ ਜੀ ਚੀਜ਼ਾਂ ਬਹੁਤ ਹੀ ਵਧੀਆ ਆਰਟੀਕਲ ਹੈ ਜੀ ਬਹੁਤ ਹੀ ਵਧੀਆ ਆਰਟੀਕਲ ਆ ਲਓ ਬਹੁਤ ਹੀ ਵਧੀਆ ਵਧੀਆ ਆਰਟੀਕਲ ਹੈ ਜੀ ਕਾਲੜਾ ਗਾਰਮੈਂਟ ਵਿੱਚ ਫੀਲਡ ਗੰਜ ਕੁਟਾ ਨੰਬਰ ਦੇਖੋ ਜੀ ਆਹ ਦੇਖ ਲਓ ਜੀ ਘੇਰਾ 300 ਰੁਪਏ ਵਾਲੀ ਆਈਟਮ ਹੈ ਜੀ ਇਹ ਬਸ 300 ਰੁਪਏ ਦੀ ਸਿਰਫ 290 ਰੁਪਏ ਦੇ ਦੇਣੀ ਹੈ 290 ਰੁਪਏ ਦੇਣੀ 300 ਵਾਲੀ ਆਈਟਮ 290 ਰੁਪਏ ਵਾਹ ਜੀ ਘੇਰਾ 50 ਇੰਚੀ ਘੇਰਾ ਵਾਹ ਜੀ ਵਾਹ 50 ਇੰਚੀ ਘੇਰਾ ਜੀ ਬਹੁਤ ਵਧੀਆ ਘੇਰਾ ਜੀ ਇਹਦਾ ਆ ਲਓ ਜੀ ਆ ਲਓ ਸੁਪਰ ਆਈਟਮ ਸੇਲ ਹੋ ਕਾਲੜਾ ਗਾਰਮੈਂਟ ਹੈ ਜੀ ਕਾਲੜਾ ਗਾਰਮੈਂਟ ਕਿਹੜੀ ਆਈ ਕੁਚਾ ਨੰਬਰ 9 ਲੁਧਿਆਣਾ ਜੀ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਫਟਾਫਟ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਫਟਾਫਟ ਆਹ ਦੇਖੋ ਜੀ ਗੌਨ ਆ ਗਏ ਵਨ ਪੀਸ ਆ ਗਏ ਜੀ ਰੇਟ ਦੱਸੋਗੇ ਭਾਅ ਜੀ ਖੁਸ਼ ਹੋ ਗਏ 1150 ਰੁਪਏ ਦਾ ਰਿਟੇਲ ਚ ਸੋਇਲ ਹੁੰਦਾ ਜੀ ਆਪਾਂ ਦੇਣਾ ਸਿਰਫ 650 ਰੁਪਏ ਦਾ 650 ਰੁਪਏ ਦਾ ਸਿਰਫ 650 ਰੁਪਏ ਦਾ ਇਹ ਕੱਪੜਾ ਵੀ ਨਹੀਂ ਆਉਂਦਾ ਤੇ ਕਢਾਈ ਤਾਂ ਫ੍ਰੀ ਹੋ ਗਈ ਉਹਨਾਂ ਸਿਲਾਈ ਫ੍ਰੀ ਹੋ ਗਈ ਮੈਂ ਕਹਿੰਦਾ ਜੀ ਹਰ ਕੁਝ ਫ੍ਰੀ ਸਮਝ ਲਓ ਬਸ ਸਿਰਫ 650 ਰੁਪਏ ਦੇ ਦੇ ਸਿਰਫ 650 ਰੁਪਏ ਰੇਟ ਚ ਜੀ ਸਿਰਫ ਲੇਅਰ ਲੈਣ ਆ ਜੀ ਥੱਲੇ ਦੇਖੋ ਆਹ ਦੇਖੋ ਥ੍ਰੀ ਲੇਅਰ ਚ ਹੈਗਾ ਜੀ ਪੀਸ ਵਾਲਾ ਦੇਖੋ ਨੀਚੇ ਕੈਂ ਆਹ ਦੇਖੋ ਚਾਰ ਚਾਰ ਲੇਅਰਾਂ ਦੇ ਨਾਲ ਬਣੀ ਹੋਇਆ ਆਹ ਦੇਖੋ ਚੀਜ਼ਾਂ ਦੇਖੋ ਸਟਿਚਿੰਗ ਦੇਖ ਲਓ ਕਿੰਨੀ ਵਧੀਆ ਸਟਿਚਿੰਗ ਕੀਤੀ ਹੋਈ ਹੈ ਜੀ ਤੇ 650 ਰੁਪਏ ਮਿਲ ਰਿਹਾ ਜੀ ਵੀਡੀਓ ਅੱਜ ਕਿੱਦਾਂ ਦੀ ਲੱਗੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਕਰ ਦਿਓ ਫਟਾਫਟ ਸਬਸਕ੍ਰਾਈਬ ਕਾਲਰਾ ਗਾਰਮੈਂਟ ਫੀਲਡਾਂ ਕੁਚਾ ਨੰਬਰ 9 ਲੁਧਿਆਣਾ ਜੀ ਕੱਲ੍ਹ ਫਿਰ ਮਿਲਾਂਗੇ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਲਦੀ ਤੋਂ ਜਲਦੀ ਵਿਜਿਟ ਕਰੋ ਜਲਦੀ ਤੋਂ ਜਲਦੀ ਔਡਰ ਕਰੋ ਜੀ ਬਹੁਤ ਵਧੀਆ ਕਲੈਕਸ਼ਨ ਦੇ ਨਾਲ ਕਾਲੜਾ ਗਾਰਮੈਂਟ ਫੀਲਡਾਂ ਕੁਚਾ ਨੰਬਰ 9 ਜੀ ਲੁਧਿਆਣਾ ਚਲੋ ਜੀ ਦੋਸਤੋ ਅੱਜ ਦੀ ਵੀਡੀਓ ਇੱਥੇ ਖਤਮ ਕਰਾਂਗੇ ਕੱਲ੍ਹ ਆਵਾਂਗੇ ਨਵੀਂ ਵੀਡੀਓ ਲੈ ਕੇ ਧੰਨਵਾਦ ਜੀ ਸਾਰਿਆਂ ਦਾ